ਦਿੱਤਾ ਇਹ ਕੋਈ ਆਮ ਸੱਪ ਨਹੀਂ ਇਹ ਫਨੀਅਰ ਸੱਪਾਂ ਸੱਪਾਂ ਦੇ ਵਿੱਚ ਦੰਦੀ ਭਰੀ ਤੁਸੀਂ ਦੇਖ ਰਹੇ ਜੇ ਕਿਸ ਤਰੀਕੇ ਨਾਲ ਦੰਦੀ ਕੱਟਿਆ ਇਹਨੇ ਆਪਣੀ ਸੇਫਟੀ ਵਾਸਤੇ ਗਲਵਜ਼ ਰੱਖੇ ਹੋਏ ਆ ਤੇ ਮੈਂ ਹਰ ਇੱਕ ਫਰੈਂਡ ਨੂੰ ਹਰ ਇੱਕ ਸੱਜਣ ਨੂੰ ਆਪਣੇ ਨੂੰ ਸੱਪ ਫੜਨ ਵਾਲੇ ਨੂੰ ਰਿਕਵੈਸਟ ਕਰਦਾ ਕਿ ਗਲਵਜ਼ ਰੱਖਿਆ ਕਰੋ ਇਹ ਦੇਖੋ ਇਹ ਮੁੰਡਿਆਂ ਵਾਲੇ ਵੀਡੀਓ ਮਾਰੋ ਇਹ ਕੋਈ ਸੱਪ ਦਾ ਜ਼ਹਿਰ ਨਹੀਂ ਕੱਢਿਆ ਕੋਈ ਸੱਪ ਦੇ ਦੰਦ ਨਹੀਂ ਤੋੜੇ ਇਹ ਮੈਂ ਪੱਟੀ ਦਾਣਾ ਮੰਡੀ ਦੇ ਸਾਹਮਣੇ ਮਤਲਬ ਕੀ ਨਾਮ ਕਹਦਾ ਬਨਾਰਸੀਦਾਸ ਬਨਾਰਸੀਦਾਸ ਭਾਜੀ ਹੈ ਉਹਨਾਂ ਦੇ ਗੋਦਾਮ ਚੋਂ ਫੜ ਲਿਆ ਵਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਜੇ ਇਹ ਸੱਪ ਨੂੰ ਆਪਾਂ ਪਿਓਰ ਕੋਬਰਾ ਟਾਈਪ ਚ ਕਹਿ ਦਿੰਦੇ ਮੇਰਾ ਡੱਬਾ ਲਈ ਫੜ ਕੇ ਸਾਰਾ ਤੁਰ ਜਾਣਾ ਇਹ ਚੀਜ਼ ਨੂੰ ਅਸੀਂ ਕੋਬਰਾ ਟਾਈਪ ਦੇ ਵਿੱਚ ਕਹਿ ਦਿੰਦੇ ਅੱਜ ਤਰੀਕ ਵਾਰ ਕੀ ਜੇ 8 ਤਰੀਕ ਹੈ 8 ਤਰੀਕ ਕਿਹੜਾ ਮਹੀਨਾ 10ਵਾਂ ਮਹੀਨਾ 2020 ਦੇਖੋ ਮੈਂ ਕਾਫੀ ਜ਼ਿਆਦਾ ਜਿਹੜੀਆਂ ਸੱਪ ਕੱਟੇ ਦੀਆਂ ਦਵਾਈਆਂ ਲੋਕਾਂ ਨੂੰ ਦੱਸਦਾ ਹੀ ਰਹਿਣਾ ਵਾ ਮੰਨ ਲਓ ਸਾਨੂੰ ਇਹ ਸੱਪ ਕੱਟਦਾ ਵਾ ਇਹ ਸਾਡੀਆਂ ਮੌਕੇ ਤੇ ਦਵਾਈਆਂ ਹੁੰਦੀਆਂ ਸੀ 1 ਮਿੰਟ ਤੋਂ ਪਹਿਲਾਂ ਆਪਣਾ ਟ੍ਰੀਟਮੈਂਟ ਕਰ ਦਿੰਨੇ ਆ ਸਾਡੇ ਵਰਗੇ ਜਿਹੜੇ ਇਨਸਾਨ ਵਾ ਉਹ ਤਾਂ ਕਰਕੇ ਜਲਦੀ ਐਕਸਪਾਇਰ ਨਹੀਂ ਹੁੰਦੇ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਸੱਪ ਫੜਦੇ ਆ ਨਾਰਮਲ ਬੰਦਾ ਉਸ ਤਰੀਕੇ ਨਾਲ ਸੱਪ ਫੜਨ ਦੀ ਕੋਸ਼ਿਸ਼ ਨਾ ਕਰੇ ਤੇ ਮੇਰਾ ਨੰਬਰ ਹੈ 95-92-99-63-35 ਅਸੀਂ ਕਾਫੀ ਚੀਜ਼ਾਂ ਦੀ ਦੇਸੀ ਦਵਾਈ ਲੋਕਾਂ ਨੂੰ ਬਣਾਣੀ ਵੀ ਸਿਖਾਉਂਦੇ ਆ ਤੇ ਕਾਫੀ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਖੁਦ ਬਣਾਉਂਦੇ ਵੀ ਆ ਇਹ ਦੇਖੋ ਹੁਣ ਜਿਸ ਤਰੀਕੇ ਨਾਲ ਇਹ ਦੰਦੀ ਕੱਟ ਰਿਹਾ ਵਾ ਇਹ ਜ਼ਹਿਰ ਆਪਣਾ ਛੱਡ ਰਿਹਾ ਦੇਖੋ ਲੋਕ ਕਹਿੰਦੇ ਆ ਸੱਪ ਪੁੱਠਾ ਹੋ ਕੇ ਜ਼ਹਿਰ ਛੱਡਦਾ ਦੇਖੋ ਇਹ ਮੇਰੀ 2 ਨੰਬਰ ਵਾਲੀ ਉਂਗਲ ਜਿਹੜੀ ਆ ਬਿਲਕੁਲ ਗਿੱਲੀ ਹੋ ਗਈ ਆ ਦੇਖੋ ਕਾਫੀ ਜ਼ਿਆਦਾ ਕੋਬਰੇ ਸੱਪ ਦੇ ਵਿੱਚ ਜ਼ਹਿਰ ਹੁੰਦਾ ਮੇਰਾ ਨੰਬਰ ਹੈ 95-92-99-63-35 ਮੇਰਾ ਇੱਕ YouTube ਤੇ ਚੈਨਲ ਹੈ ਨਾਥ ਕੇਤ ਬਾਈ ਸਪੇਸ ਬਿਲਕੁਲ ਨਹੀਂ ਦੇਣੀ ਮੈਂ ਬੜੀਆਂ ਵੀਡੀਓ ਸੱਪ ਫੜਦੇ ਆਂਦੀਆਂ ਪਾਣਾ ਵਾਂ ਕਾਫੀ ਚੀਜ਼ਾਂ ਦੀ ਲੋਕਾਂ ਨੂੰ ਚੈਨਲ ਥਰੂ ਦੇਸੀ ਦਵਾਈ ਦੱਸਦਾ ਰਹਿਣਾ ਵਾਂ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਚੈਨਲ ਲਾਈਕ ਸ਼ੇਅਰ ਤੇ ਸੈਂਡ ਕਰਿਓ ਇਹ ਜ਼ਿੰਦਗੀ ਮੌਤ ਵਾਲੇ ਕੰਮ ਹੁੰਦੇ ਇਹ ਕੋਈ ਸੌਖੇ ਕੰਮ ਥੋੜੀ ਆ ਇਹ ਚੀਜ਼ਾਂ ਨੂੰ ਰੋਜ਼ ਹੱਥ ਲਾਉਣਾ ਬਿਨਾਂ ਨਾਗਾ ਇਹ ਕੋਈ ਸੌਖੇ ਕੰਮ ਥੋੜੀ ਆ ਸਪੋਰਟ ਮੈਨੂੰ ਕਿਸੇ ਦੀ ਨਹੀਂ ਸਪੋਰਟ ਸਿਰਫ ਮੈਨੂੰ ਤੁਹਾਡੇ ਵਰਗਿਆਂ ਸੱਜਣਾਂ ਦੀ ਆ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਵੀਡੀਓ ਲਾਈਕ ਸ਼ੇਅਰ ਤੇ ਸੈਂਡ ਜ਼ਰੂਰ ਕਰਿਓ ਮੇਰਾ ਨੰਬਰ ਜੇ 95-92-99-63-35 ਕੱਟਿਓ ਮਹਾਰਾਜ ਜੀ ਵੀਡੀਓ